बसमिल राम रही असलब साहब रमेत खाना तो सारे ठीक होगे आज वो बच्चे आज वालों से पेंडू आया जब बड़ा ही मज़ेदार गेम प्ले लैके आया जी यार यकीन मनो यार की गेम है ਉਹ 28 ਗੱਲ ਕੀਤਾ ਸੀ ਨਾ ਸੀ ਮਾਸ਼ਾਅੱਲਾ ਤੇ ਅਸੀਂ ਆਇਆ ਸਕੂਲੇ ਤੇ ਸਾਡੇ ਸਭ ਤੋਂ ਪਹਿਲਾਂ ਲਰਨਿੰਗ ਪੁੱਠੀ ਕਰਾਈ ਸਾਡੇ ਨੰਬਰ 2 ਭਾਈ ਨੇ ਤੇ ਜਿਹੜਾ ਨਾ ਸਾਨੂੰ ਸਕੂਲੇ ਵਾਰ ਦਾ ਸਾਰੇ ਸਾਨੂੰ ਲੱਭ ਜਾਂਦੇ ਉਜੀ ਵੇਖੋ ਬਟ ਨੇ ਕੀ ਹੁੰਦਾ ਸਕੂਲ ਗਏ ਕੋਈ ਨਹੀਂ ਤੇ ਗੇਮਾਂ ਵਿੱਚ ਜਾਂਦੇ ਸਕੂਲੇ ਵੇ ਕਿਉਂਕਿ ਬੰਦੇ ਥੋੜੇ ਹੁੰਦੇ ਨਾ ਤੇ ਬੰਦਾ ਬਾਚਬੂਚ ਵੀ ਜਾਣ ਨਾਲੇ ਤੇ ਇੱਕ ਬੰਦਾ ਸਾਹਮਣੇ ਦਿਓੜ ਤੇ ਜਾਂਦਾ ਹੁੰਦਾ ਗਨ ਉਹਦੇ ਹੱਥੇ ਹੁੰਦੀ ਹੈ ਤੇ ਮੈਂ ਆਖਿਆ ਮੁਕਾਬਲੇ ਅਭੀ ਦੇਖਣ ਦਾ ਕੱਟਾ ਦਤ ਪੀ ਕੇ ਅੱਜ ਜਿੱਥੇ ਦਾ ਮੈਂ ਲੈਵਲ 3 ਦਾ ਹਲਮਟ ਵੇਖਿਆ ਨਾ ਮੈਂ ਇੱਕ ਵੜੀ ਹਿਲ ਗਿਆ ਮੱਕਪਾ ਵਿੱਚ ਜਰਾ ਨਾ ਆਕੀ ਨਾ ਏ ਤੇ ਕਿਉਂਕਿ ਸਾਡੇ ਥਿਰ ਚ ਹੈਵੀ ਪਾਦੇ ਤੇ ਪੱਦ ਸੀ ਆਪਣੀ ਜੱਜਦਨ ਨਹੀਂ ਦੇਣੀ ਤੇ ਜਿਹੜਾ ਬੰਦੇ ਨੂੰ ਐ ਨਹੀਂ ਨੂੰ ਵੀ ਅਸੀਂ ਨਾਕੀਤਾ ਤੇ ਜਿਹੜਾ ਤੀਸਰਾ ਬੰਦਾ ਹੁੰਦਾ ਨਾ ਨਾਲ ਉਹਨੂੰ ਮਾਰ ਛੱਡਦਾ ਹੈ ਮੇਰਾ ਨੰਬਰ 2 ਜਿਹੜਾ 27 ਤੇ ਅਸੀਂ ਜਰਾ ਇਹ ਕੋਲ ਫਿਰ ਇੱਕ ਆਮੀ ਹੁੰਦੀ ਲੈਵਲ 3 ਵੀ ਹੁੰਦਾ ਤੇ ਫਿਰ ਡਰਨਾ ਤੇ ਫਿਰ ਇਹਦੇ ਕੋਈ ਚਾਹੀਦਾ ਹੀ ਨਾ ਇੱਥੇ ਫਿਰ ਲੂਟ ਸ਼ੂਟ ਕਰਨੇ ਆ ਬਾਬਾ ਜੀ ਪੂਰੇ ਮਜ਼ਿਆਂ ਦੇ ਨਾਲ ਤੇ ਤੁਸੀਂ ਜਾਣਨਾ ਇਹ ਵਾਲੀ ਗੇਮਪਲੇ ਜਿਹੜਾ ਨਾ ਇਹ ਵਾਲੀ ਵੀਡੀਓ ਤੁਸੀਂ ਪਤਾ ਨਹੀਂ ਪਹਿਲੀਆਂ ਵੀਡੀਓ ਤੁਸੀਂ ਪੂਰੀਆਂ ਵੇਖੀਆਂ ਨੇ ਨਹੀਂ ਵੇਖੀਆਂ ਜੋ ਮਰਜ਼ੀ ਹੈ ਨਾ ਇਹ ਵਾਲੀ ਵੀਡੀਓ ਤੁਸੀਂ ਜ਼ਰੂਰ ਪੂਰੀ ਵੇਖਣੀ ਹੈ ਤੁਹਾਨੂੰ ਮਜ਼ਾ ਨਾ ਆਇਆ ਤਾਂ ਪੈਸੇ ਵਾਪਸ ਤੇ ਜਰਾ ਇੱਥੇ ਲੂਟ ਸ਼ੂਟ ਕਰਨੇ ਤੇ ਉਹਨਾਂ ਚੋਂ ਦੋ ਬੰਦੇ ਸਾਡੇ ਤੇ ਰਸ਼ ਕਰਦੇ ਨੇ ਪਿੰਡੂ ਤੇ ਰਸ਼ ਮੁਕਾਬਲੇ ਅਬੀ ਜੇ ਪਿੰਡ ਨਾਲ ਕਕਾ ਦਾ ਦੋ ਪੀਕਾ ਨਾ ਪੇ ਗਾਨਾ ਨੰਬਰ 2 ਦਾ ਸੈਮਰ ਕੋਲ ਬੰਦਾ ਜਲਦੀ ਆ ਉਹ ਦੇਖੋ ਬੰਦਾ ਲੱਭੇ ਨੁਕਰ ਤੇ ਮੈਂ ਪਹਿਲਾਂ ਪਿੱਛੇ ਰਹਿ ਜਾਣਾ ਮੈਂ ਕਹਾਂ ਹਮੇ ਫਾਇਦਾ ਕੋਈ ਨਹੀਂ ਜਰਾ ਬਹੁਤੀ ਅੱਗੇ ਜਾਂਦੀ ਮੈਨੂੰ ਆਖਿਆ ਥੋੜਾ ਧਿਆਨ ਨਾਲ ਖੇਢੀ ਵੀ ਸਾਡੀ ਗੇਮ ਅਚੀ ਨਿਕਲ ਜੇਗੀ ਨਾਲੇ ਰੈਂਕ ਪੁਸ਼ ਕਰਦਾ ਹਾਂ ਨੰਬਰ 2 ਵੀ ਤੇ ਉਹਨਾਂ ਚੈਨੋ ਥੱਲੋਂ ਹੁੰਦਾ ਪਾ ਬੂਟਾ ਹੁੰਦਾ ਤੇ ਬੂਟੇ ਸਾਡੇ ਤਰ੍ਹਾਂ ਘੜ ਘੜ ਕਰਦਾ ਉਹ ਵਾਲਾ ਬੂਟਾ ਜਿਹੜਾ ਗਾਲਾਂ ਕੱਢਦਾ ਤੇ ਉਹਨਾਂ ਚੈਨੋ ਜਿਹੜਾ ਬੰਦਾ ਸੀ ਨਾ ਦੂਸਰੀ ਸਾਈਡ 'ਚ ਅੱਗੇ ਆ ਗਿਆ ਮੈਨੂੰ ਪੈਰਾਂ ਦੀ ਕੱਢਿਆ ਮੂੰਹ ਨਾਲ ਜਿਹੜਾ ਮੈਨੂੰ ਨਾਕ ਕੀਤਾ ਤੇ ਉਹਨਾਂ ਚ ਇਹਨਾਂ ਦਾ ਤੀਸਰਾ ਬੰਦਾ ਹੁੰਦਾ ਨਾ ਬੂਟਾ ਵੀ ਉਹਨਾਂ ਦੇ ਨਾਲ ਤੇ ਤੀਸਰਾ ਬੰਦਾ ਉਧਰ ਦੌੜਦਾ ਜਾਂਦਾ ਹੈ ਅਪਾਰਟਮੈਂਟ ਵੱਲੋਂ ਤੇ ਉਹਨੇ ਯਾਰ ਮੈਨੂੰ ਨਾਕ ਕਰ ਦਿੱਤਾ ਸੀ ਇਹ ਬੰਦਾ ਹੈ ਬੰਦਾ ਪ੍ਰੋ ਤੇ ਨਹੀਂ ਸੀ ਪਰ ਉਹਨ ਜੀ ਚਲੋ ਚਲੋ ਖੈਰ ਤੇ ਮੈਂ ਆਪੀ ਹੋਇਆ ਸਮਾਂ ਕਿਹਾ ਚਲੋ ਬੰਦੇ ਦਾ ਦਿਲ ਲਾਈਏ ਵੀ ਅਸੀਂ ਇੱਕ ਵੀ ਨਾਕ ਨਹੀਂ ਕੀਤਾ ਤੇ ਇੱਥੇ ਮੈਨੂੰ ਡੈਮੇਜ ਦਿੰਦਾ ਤਾਂ ਫਿਰ ਫਿਰ ਮੈਂ ਆਖਿਆ ਗੱਡੀ ਦੇ ਕੋਲ ਬਿਠਾ ਹੁੰਦਾ ਨਾ ਮੈਂ ਕਿਹਾ ਗੱਡੀ ਪਾਰਨਾ ਵਾ ਤੇ ਆਪੇ ਮਰ ਜਾਏਗਾ ਗੱਡੀ ਨੂੰ ਫਾਇਰ ਸ਼ਾਟ ਦਿਨਾ ਵਾ ਇਹ ਵਾਲੀ ਫਾਈਟ ਕੋਈ ਵੀ ਨਹੀਂ ਫਾਈਟਾਂ ਦੇ ਯਗੂ ਨੇ ਇਹ ਤਾਂ ਵਾਲੀ ਫਾਈਟ ਦਾ ਨੇ ਤੁਸੀਂ ਮਜ਼ਾ ਵੇਖੋ ਫਾਈਟਾਂ ਯਗੂ ਨਹੀਂ ਆ ਤੁਸੀਂ ਜੀ ਮਜ਼ੇ ਕਰ ਰਹੇ ਹੋ ਬੋਟਾਂ ਵਾਲੇ ਮਜ਼ੇ ਕਰ ਰਹੇ ਹਾਂ ਤੇ ਮੈਂ ਗੱਡੀ ਪਾਰਨਾ ਵਾ ਤੇ ਬੰਦਾ ਜਰਾ ਨਾ ਨਹੀਂ ਮਰਦਾ ਬੰਦਾ ਨੂੰ ਡੈਮੇਜ ਹੋ ਜਾਂਦਾ ਨਾ ਮੈਨੂੰ ਇੰਨਾ ਪਤਾ ਹੀ ਡੈਮੇਜ ਹੋ ਗਿਆ ਨਾ ਬੰਦਾ ਉਸ ਵੇਲੇ ਦੌੜ ਲਾ ਦਿੰਦਾ ਹੈ ਮਤਲਬ ਦੌੜਦਾ ਹੁੰਦਾ ਉਹਨਾਂ ਦੇ ਨਾਲ ਮੈਂ ਵੀ ਦੌੜ ਕੇ ਆ ਜਾਂਦਾ ਮੇਰੀ ਹੀਲ ਘੱਟ ਹੀ ਬੰਦਾ ਮਾਰਦਾ ਮੇਰੇ ਤੇ ਇੱਕ ਹੈਡ ਸ਼ਾਟ ਤੇ ਉਹ ਵੀ ਲੋ ਹੁੰਦਾ ਹੈ ਤੈਨੂੰ ਨਾ ਕਰ ਛੱਡਦਾ ਮੁਕਾਬਲੇ ਅਵੀ ਜੇ ਪਿੰਡ ਤੇ ਦੋਸਤ ਨਾਲ ਕੱਕਾ ਦੁੱਧ ਪੀ ਕੇ ਆਪੀ ਤੇ ਜੇ ਪਿੰਡੂ ਦਾ ਆਪੀ ਦੁੱਧ ਪੀ ਕੇ ਆਏਗਾ ਤੂੰ ਤੇ ਨਾ ਕਰ ਛੜਿਆ ਤੇ ਇਹ ਤੋਂ ਸਕੂਲ ਤੇ ਜਿਹੜਾ 4 ਕਿਲ ਮੈਨੂੰ ਲੱਭੇ ਮਾਸ਼ਾ ਅੱਲਾਹ ਤੇ 2 ਕਿਲ ਲੱਭੇ ਮੇਰੇ ਟੀਮ ਮੇਟ ਨੂੰ ਤੇ ਜਿਹੜਾ ਨਾ ਇਹ ਇੱਥੇ ਨਹੀਂ ਮਜ਼ੇ ਦੇ ਅੱਗੇ ਨੇ ਆ ਤੇ ਬਸ ਟ੍ਰੇਲਰ ਸੀ ਮੈਨੂੰ ਫਿਲਮ ਤੋਂ ਅੱਭੀ ਤਾਂ ਪਿਕਚਰ ਸ਼ੁਰੂ ਹੋਈ ਹੈ ਮੇਦੇਸਤ ਤੇ ਜਿਹੜਾ ਨਾ ਸਕੂਲ ਨੂੰ ਅਸੀਂ ਲੂਟ ਸ਼ੂਟ ਕਰਨੇ ਬਾਅਦ ਕਿਲ ਚਲ ਕਰਨ ਤੋਂ ਬਾਅਦ ਉਦੋਂ ਬਾਅਦ ਜਾਣਾ ਰਜ਼ਾਕ ਚ ਤੇ ਯਾਰ ਇੱਥੇ ਆਸੀ ਮਦਾ ਇੱਥੇ ਮੈਨੂੰ ਸੂਟ ਲੱਭੇਗਾ ਆਏ ਹਾ ਚੰਗਾ ਮਹਿੰਗਾ ਸੂਟ ਹੀ ਲੋਕੀ ਪੈਸੇ ਲਾਲਾ ਯੂਸੀ ਲਾਲਾ ਕੇ ਆਪਣੇ ਛੋਕ ਪੂਰੇ ਕਰਦੇ ਨੇ ਸਿਰ ਕਿਲ ਕਰਿਆ ਸੀ ਬੰਦੇ ਮਾਰਨੇ ਆ ਜਿਹੜਾ ਸ਼ੋਕ ਜਿਹੜੇ ਸ਼ੋਕਾਂ ਵਾਲੇ ਮਤਲਬ ਜਿਹੜੇ ਕਤੂਟਾਂ ਵਾਲੇ ਬੰਦੇ ਨੂੰ ਮਾਰਨੇ ਇੱਥੇ ਬੰਦਾ ਇਹਨੂੰ ਜਿਹੜਾ ਡੈਮੇਜ ਸਾਰਾ ਮੇਰੇ ਟੀਮ ਮੇਟ ਦਿੰਦਾ ਮ ਤੇ ਉਹ ਦਵਾਈ ਉਤੇ ਇੱਕ ਛਾਚੇ ਬੰਦਾ ਹੁੰਦਾ ਤੇ ਉਹ ਜਿਹੜਾ ਨਾ ਚੈੱਕ ਕਰੋ ਨਾ ਸਾਹਮਣੇ ਹੁੰਦਾ ਨਾ ਥੱਲੇ ਰਸ਼ ਕਰਦਾ ਤੇ ਮਿੰਟ ਬਾਅਦ ਕਦੀ ਗਾਂ ਦਾ ਕਦੀ ਪਸ਼ਾਂ ਕਦੀ ਗਾਂ ਹੁੰਦਾ ਕਦੀ ਪਸ਼ਾਂ ਮੈਂ ਕਿਹਾ ਖਲੋ ਹੋਣਾ ਨਹੀਂ ਤੋ ਹੋਣਾ ਨਾਲ ਜਿਹੜਾ ਨਾਕੀਤਾ ਤੇ ਜਿਹੜਾ ਸੂਟ ਵਾਲ ਮੇਰੇ ਜ਼ਿਹਨ ਚ ਪਤਾ ਕੀ ਚੱਲ ਰਿਹਾ ਤੇ ਇਥੇ ਮੈਂ ਕਿਹਾ ਦੌੜ ਲਾ ਕੇ ਪਹਿਲਾਂ ਜਿਹਦੇ ਕੋ ਸੂਟ ਹੀ ਨਾ ਨਾ ਕਰਕੇ ਕੋਈ ਸੂਟ ਫੜਾਂ ਕਿਉਂਕਿ ਸੂਟ ਬਾਬਾ ਸੋਨਾ ਹੀ ਨਾ ਤੇ ਮੈਂ ਇਹਨੂੰ ਪਹਿਲਾਂ ਹੁੰਦਾ ਬਾਹਰ ਕਿਤੇ ਰਿਵਾਈਵ ਨਾ ਕਰਦੇ ਹੁਣ ਬਾਹਰ ਵੀ ਨਹੀਂ ਹੁੰਦਾ ਕਿਉਂਕਿ ਪੈਰਾਂ ਦੀ ਆਵਾਜ਼ ਐ ਕੀ ਹੁੰਦੀ ਹੁੰਦੀ ਹੈ ਤੇ ਮੈਂ ਕਿਹਾ ਬਾਕੀ ਦੂਸਰਾ ਰਿਵਾਈਵ ਤੇ ਇੱਥੇ ਜਰਾ ਫੇਰ ਲੂਟ ਸ਼ੂਟ ਕਰਕੇ ਤੇ ਉਹਨਾਂ ਚੈਨ ਨੂੰ ਮੈਂ ਉਹ ਲੱਭਣ ਲੱਗ ਪਿਆ ਉਸ ਬੰਦੇ ਨੂੰ ਇਧਰੋਂ ਪਾ ਬੂਟਾ ਉਹਨਾਂ ਦੇ ਭਾ ਬੂਟੇ ਨਾਲ ਕੀਤਾ ਤੇ ਜਨਮਾ ਉਹ ਵਾਲੇ ਬੰਦੇ ਨੂੰ ਲੱਭਣ ਡਿਆ ਜਿਹਨੇ ਜਿਹਦੇ ਕੋ ਸੂਟ ਹੀ ਤੇ ਉਹਨਾਂ ਚੈਨ ਨੂੰ ਮੈਂ ਸਕੋਪ ਜੀ ਖੋਲੀ ਨਾ ਸਾਹਮਣੇ ਕਾਰ ਚ ਮੈਨੂੰ ਹੋਇਆ ਸੀ ਸਪੋਰਟ ਐਸਵੀ ਪੱਲੀ ਸਾਈਡ ਤੇ ਰਿਵਾਈਵ ਲੈ ਆ ਰਿਹਾ ਗਲਿਚ ਜੀ ਗਲਿਚ ਹੋਈ ਸੀ ਉਹਦੀ ਗਾਨ ਨਾ ਤੇ ਮੈਂ ਜਨਮਾ AK ਲਾ ਕੇ ਅੱਗੇ ਤੇ ਰਿਵਾਈਵ ਦੇ ਰਹੇ ਨੇ ਮੁਕਾਬਲੇ ਅਭੀ ਜੇਪਰ ਨਾਲ ਕੱਕਾ ਦੁੱਧ ਪੀ ਕੇ ਆ ਤੇ ਇੱਥੇ ਜਰਾ ਮੈਂ ਸਭ ਤੋਂ ਪਹਿਲਾਂ ਸੂਟ ਚੁੱਕਾ ਜਨ ਨਾਲੇ ਇੱਕ ਹੋਰ ਬੰਦਾ ਆਇਆ ਨਾ ਸ ਬੜਾ ਹੀ ਚੰਗਾ ਸੀ ਮਿਰਚ ਆਪੀ ਰਾਜ ਕਰ ਦਿੰਦਾ ਹੈ ਤੇ ਇਹਨੂੰ ਹੀ ਫਿਰ ਮਾਰ ਕੇ ਫਿਰ ਮੈਂ ਸਭ ਤੋਂ ਪਹਿਲਾਂ ਸੂਟ ਵਾਲ ਚਾਲਾਂ ਮੈਂ ਕਿਹਾ ਕਿ ਮੇਰਾ ਟੀਮ ਮੇਟ ਨਾਲ ਸੂਟ ਚੋਕ ਲੈ ਕਿਉਂਕਿ ਸੂਟ ਵਾਵਾ ਸੋਨਾ ਹੀ ਨਾ ਤੇ ਜੇ ਸੂਟ ਭਾਗ ਪੂਰਾ ਪ੍ਰੋ ਲੱਗ ਨਾ ਮੈਂ ਫਿਰ ਮੈਂ ਕਿਲ ਵੀ ਪ੍ਰੋਵਾਂ ਵਾਲੇ ਕੀਤੇ ਹਨ ਇੱਥੇ ਵੇਖੋ ਸੂਟ ਚੁੱਕਿਆ ਨਾਲ ਹੀ ਪਾ ਬੂਟਾ ਆਉਂਦਾ ਪਾ ਬੂਟੇ ਨਾਲ ਕਰਨਾ ਵਾ ਫਿਰ ਮੈਨੂੰ ਪਾ ਬੂਟੇ ਫਿਰ ਲੂਟ ਕਰਨ ਮੈਂ ਨਾਲ ਫਿਰ ਇੱਕ ਹੋਰ ਪਾ ਬੂਟਾ ਆ ਜਾਂਦਾ ਮੈਂ ਇਹ ਬੂਟੇ ਵਾਲੇ ਕਿਲ ਨਹੀਂ ਆਪਣੇ ਜਰਾ ਟੀਮ ਮੇਟ ਨੂੰ ਦੇਨੇ ਬੂਟੇ ਸਿਆਪੀ ਮਾਰਾਂਗੇ ਕੀੜੀ ਵਧਾਵਾਂਗੇ ਭਈਆ ਤੇ ਜਰਾ ਨਾ ਬੂਟਿਆਂ ਨਾਲ ਥ ਮੇਰੇ ਕੋ ਸਾਥ ਦੀ ਐਮੋਆਂ ਨਹੀਂ ਵੇਖੋ ਅਵੀ ਜਿਹੜਾ ਉਹ ਜਿਹੜੇ ਬੰਦੇ ਮਾਰ ਚੜੇ ਨੇ ਤੇ ਸਾਦੀ ਐਮੋਆਂ ਨਹੀਂ ਕਿ ਗੋਲੀਆਂ ਰਹਿ ਗਈਆਂ ਬਸ ਕੋਲ ਇੱਥੇ ਪਹਾ ਬੂਟੇ ਨੂੰ ਮਾਰ ਕੇ ਪਹਾ ਬੂਟੇ ਕੋਲ ਥੋੜੀ ਜਿਹੀ ਗੋਲੀਆਂ ਚੋਕਣਾ ਵਾ ਇੱਕ ਪਹਾ ਬੂਟਾ ਪਰਣਾ ਕੀਤਾ ਉਸ ਪਹਾ ਬੂਟੇ ਨੂੰ ਮਾਰ ਕੇ ਵੀ ਗੋਲੀਆਂ ਚੁਕਾਂਗੇ ਉਹ ਤੋਂ ਬਾਅਦ ਅਸੀਂ ਜਾਵਾਂਗੇ ਫਲੇਅਰ 'ਚ ਫਲੇਅਰ ਚੱਲੀ ਹੁੰਦੀ ਏ ਆਏ ਹਾਏ ਹਾਏ ਫਲੇਅਰ ਚੱਲੀ ਹੁੰਦੀ ਏ ਜਿਹੜਾ ਸ਼ੈਲਟਰ ਵਾਲ ਤੇ ਮੈਨੂੰ ਪੱਕਾ ਪਤਾ ਹੈ ਜਿਹੜੇ ਸ਼ੈਲਟਰ ਦੇ ਨਾਲ ਘਾਰ ਨੇ ਨਾ ਉੱਥੇ ਹੋਣਗੇ ਬੰਦੇ ਤੇ ਉਹ ਹੀ ਹਿਸਾਬ ਹੈ ਅਸੀਂ ਇੱਥੇ ਆਏ ਸਾਨੂੰ ਗੱਡੀ ਲੱਭੀ ਅਸੀਂ ਉੱਥੇ ਗਏ ਤੇ ਇੱਕ ਬੰਦਾ ਐਮਕੇ 12 ਲੈ ਕੇ ਬੈਠਾ ਦੂਸਰਾ ਮਸ਼ੀਨ ਗਨ ਲੈ ਕੇ ਬੈਠਾ ਮੁਕਾਬਲੇ ਵੀ ਜ਼ੇਪਿੰਡ ਨਾਲ ਕੱਕਾ ਦੁੱਧ ਪੀ ਕੇ ਆ ਇੱਕ ਉਹ ਵੇਖੋ ਗੱਡੀ ਬਿਲਕੁਲ ਜ਼ੀਰੋ ਹੀ ਉਹਨਾਂ ਬੰਦੇ ਨੂੰ ਫਾਇਰ ਮਾਰਨੇ ਤੇ ਗੱਡੀ ਨੂੰ ਇੱਕ ਫਾਇਰ ਲੱਗਾ ਤੇ ਗੱਡੀ ਬਨਾਲ ਪਾੜ ਗਈ ਬੰਦਾ ਨਾਕੀਤਾ ਉਹਨਾਂ ਜਿਹਨੂੰ ਪਿੱਛੋਂ ਬੰਦਾ ਆ ਜਾਂਦਾ ਮੇਰੇ ਜਿਹੜਾ ਨਾ ਟੀਮ ਮੈਂ ਨੂੰ ਮਾਰਦਾ ਹੁੰਦਾ ਐਮਕੇ 12 ਦੇ ਨਾਲ ਫਾਇਰ ਭਾਈ ਓਏ ਪਿੰਡ ਦੇ ਫਰੰਡ ਨੂੰ ਮਾਰਨਾ ਮੁਕਾਬਲੇ ਉਹ ਵੀ ਜ਼ੇਪਿੰਡ ਨਾਲ ਕੱਕਾ ਦੁੱਧ ਪੀ ਕੇ ਆ ਇਹ ਤਾਂ ਵੀ ਜਰਾ ਸੂਟੇ ਨਾ ਵੀ ਬੜਾ ਸਹੀ ਜਿਆ ਵੀ ਹਿਲਦਾ ਪਰ ਅੱਜ ਤੋਂ ਪਾਇਆ ਹੋਇਆ ਹੈ ਨਾ ਬੰਦੇ ਨੇ ਤੇ ਪਿੱਛੋਂ ਹਿਲਦਾ ਬੜਾ ਤੇ ਸਭ ਕੋਈ ਲੱਗ ਗਿਆ ਸੂਟ ਵੀ ਚੰਗਾ ਲੱਗ ਗਿਆ ਤੇ ਗੰਨਾ ਵੀ ਚੰਗੀਆਂ ਲੱਗ ਗਈਆਂ ਨੇ ਹੁਣ ਸਾਨੂੰ ਬਸ ਚਾਹੀਦੀ ਏ ਡਬਲਯੂ ਐਮ ਕਿਉਂਕਿ ਦਾ ਇੱਕ ਫਾਇਲ ਲੱਗਦਾ ਨਾਲ ਲੋਨ ਨੂੰ ਚਲਾਉਂਦਾ ਨਾਲ ਮਜ਼ਾ ਹੀ ਆਪਣਾ ਹੈ ਤੇ ਜਰਾ ਇਹਦੇ ਫਲੇਰ ਗਨ ਚੱਲੀ ਹੁੰਦੀ ਹੈ ਮਿਟਰੀ ਬੇਸਵਾਲ ਤੇ ਅਸੀਂ ਉਸੇ ਬਲੇ ਹੁੰਨੇ ਆ ਗੱਡੀ ਲੈ ਕੇ ਆਪਣੀ ਮੈਂ ਕਿਹਾ ਕੀ ਪਤਾ ਧਰੂ AWM ਲੱਭੇ ਕਿਉਂਕਿ ਤੁਹਾਨੂੰ ਪਤਾ ਹੈ AWM ਵੀ ਮੈਂ ਬੜੀ ਸਹੀ ਚਲਾ ਲੈਂਦਾ ਵਾਂ ਤੇ ਅਸੀਂ ਉੱਥੇ ਹੁੰਨੇ ਆ ਯਾਰ ਇੱਥੇ ਬੜਾ ਹੀ ਬੜਾ ਹੀ ਸ਼ੁਗਲ ਲਗਾ ਗਿਆ ਤੁਸੀਂ ਅਸੀਂ ਆਪੇ ਵੀ ਹਾਸਾਦ ਕੇ ਮੋਦੇ ਹੋ ਗਏ ਤੁਸੀਂ ਵੀ ਵੀਡੀਓ ਵੇਖੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਡਾ ਨਾਲ ਕਦੀ ਐਵੇਂ ਹੋਇਆ ਹੈ ਅਸੀਂ ਹੁੰਨੇ ਆ ਤੇ ਮੈਨੂੰ ਪਤਾ ਸੀ ਕਿਉਂਕਿ ਜ਼ੋਨ ਉਸ ਪਾਸੋਂ ਆ ਚੁੱਕਿਆ ਸੀ ਤੇ ਮੈਨੂੰ ਪਤਾ ਸੀ ਬੰਦਾ ਜਰਾ ਆਹੀ ਬਰੀਜੀ ਸੀ ਜਰਾ ਤੇ ਜਰਾ ਬੰਦਾ ਆਇਆ ਤੇ ਨਾਲ ਉਹਦੀ ਗੱਬਗੀ ਥੱਲੇ ਡਿੱਗੀ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਇਹ ਇੱਥੇ ਖਲੋ ਗਿਆ ਹੈ ਤੇ ਮੈਂ ਫ੍ਰੀ ਫਾਇਰ ਦਿਨਾ ਮੈਂ ਕਿ ਕਿ ਬੱਸ ਮੂੰਹ ਕਰ ਡੇ ਤੇ ਵਿਚਾਰੇ ਦੇਖਦਾ ਲੱਗ ਜੇ ਪਰ ਉਹ ਨਹੀਂ ਮੂੰਹ ਕੱਢਦਾ ਅਸੀਂ ਵੀ ਇੱਥੇ ਬੈਜੇ ਨੇ ਸਾਨੂੰ ਇਹ ਹੁੰਦਾ ਉੱਤੇ ਉਹ ਬੰਦਾ ਪਰ ਉਹ ਬੰਦਾ ਉੱਤੇ ਨਹੀਂ ਸੀ ਬੰਦਾ ਥੱਲੇ ਤੁਰ ਗਿਆ ਹੁੰਦਾ ਤੇ ਉਹਨਾਂ ਚੋਂ ਅਸੀਂ ਉਹਨਾਂ ਤੇ ਦੇਖ ਰਹੇ ਹਾਂ ਉਹਨਾਂ ਚੋਂ ਭਾ ਬੂਟਾ ਆ ਜਾਂਦਾ ਭਾ ਬੂਟੇ ਨੂੰ ਮਾਰਨ ਲੱਗ ਪੈਨੇ ਅਸੀਂ ਤੇ ਬੰਦਾ ਨਾ ਸੰੜਿਆ ਉਹ ਮੁਕਾਬਲੇ ਉਹ ਵੀ ਜੇਪਿੰਡਨ ਲੈ ਕੇ ਐਡਬਲਯੂਐਮ ਲੈ ਕੇ ਨੇ ਸੇਗਾ ਹੁਣ ਤੂੰ ਯਾਰੀ ਤੈਨੂੰ ਨਾ ਤੇ ਆਵਾਜ਼ ਆ ਰਹੀ ਹੈ ਨਾ ਫਿਰ ਤੇ ਉਧਰ ਭ ਦਵਾਈ ਖਾ ਕੇ ਆਇਆ ਹੀ ਵੇਖੋ ਇੱਕ ਵਾਰ ਇੱਕ ਵਾਰ ਲੱਗਾ ਯਾ ਬਸ ਇੱਕ ਲੱਗਾ ਹੀ ਤੇ ਉਹਨਾਂ ਚੇਹਰੋਂ ਜਦ ਮੈਨੂੰ ਆਵਾਜ਼ ਆਉਂਦੀ ਕਿ ਬੱਗੀ ਜਾਲੇ ਥੱਲ ਨੂੰ ਤੁਰ ਪਈ ਬੱਗੀ ਸਟਾਰਟ ਹੋਈ ਫਿਰ ਜਦ ਵੇਖਿਆ ਬੱਗੀ ਥੱਲੇ ਜਾ ਆ ਰਹੀ ਸੀ ਬੱਗੀ ਨੂੰ ਦਿੰਨੇ ਆ ਸਪਰੇ ਬੜੇ ਪਰ ਨਾ ਭਾਈ ਨਹੀਂ ਖਲੋਂਦਾ ਬਈ ਉਹ ਵੀ ਪੰਜਵੀਂ ਗੇਅਰ ਲਾ ਕੇ ਸਪੀਡ ਲਈ ਰੱਖਦਾ ਲਈ ਰੱਖਦਾ ਯਾਰ ਖਲੋ ਜਾ ਤੇਰਾ ਕੀ ਜਾਣ ਮੈਨੂੰ ਐਡਬੀਐਮ ਲੱਗ ਜਾ ਰਿਹਾ ਖਲੋ ਜਾ ਓਏ ਨੇ ਲੋਟਾ ਕੋਈ ਗਣੀ ਤੇਰਾ ਵੀ ਸੀ ਕਰ ਲੈਨੇ ਇਲਾਜ ਬੰਦਾ ਜਿਹੜਾ ਨਾ ਚੈੱਕ ਕਰੋ ਮੈਂ ਚੈੱਕ ਕੀਤਾ ਜਿਹੜਾ ਚੈੱਕ ਕੀਤਾ ਮੈਂ ਆਪ ਚ ਤੇ ਬੰਦਾ ਅਗਲੇ ਬ੍ਰਿਜ ਵੱਲੋਂ ਦੀ ਹੋਂਟ ਆ ਮੈਂ ਕਿਹਾ ਸਹੀ ਹੈ ਵੀ ਮੁਕਾਬਲੇ ਵੀ ਜ਼ੇਪਿੰਨ ਨਾਲ ਕੱਕਾ ਦੱਪੀ ਗਿਆ ਅਸੀਂ ਉਸੇ ਵੇਲੇ ਕੱਡੀ ਗੱਡੀ ਦਿੱਤਾ 560 ਦੀ ਸਪੀਡ ਚ ਗੱਡੀ ਭਜਾਈ ਅਗੂ ਬੱਗੀ ਚੋਕ ਲਈ ਕਿਉਂਕਿ ਦੀ ਸਪੀਡ ਘਟੇ ਬੱਗੀ ਦੀ ਸਪੀਡ ਬਹੁਤੀ ਹੁੰਦੀ ਨਾਲ ਬੱਗੀ ਚ ਤੇਲ ਵੀ ਜਰਾ ਬੱਗੀ ਤੇਲ ਵੀ ਘਟ ਖਾਂਦੀ ਏ ਅਸੀਂ ਲਈ ਬੱਗੀ ਫੁੱਲ ਭਾਂਡਿਆਂ ਜਾ ਰਹੇ ਆ ਉਹ ਬੰਦਾ ਮੈਨੂੰ ਲੱਗਦਾ ਸੀ ਅਜ਼ਾਨ ਹੋੜ ਯਾਰ ਬਾਤੂ ਕਰਨਾ ਤੇ ਅਜ਼ਾਨ ਹੋ ਗਈ ਏ ਤੇ ਜਿਹੜਾ ਨਾ ਅਸੀਂ ਜਾ ਰਹੇ ਆ ਮੈਨੂੰ ਕਿਥੇ ਆ ਮੈਂ ਯਾਰ ਹੀ ਭੁੱਲ ਗਿਆ ਚਲ ਜਿੱਥੇ ਵੀ ਆ ਅਸੀਂ ਜਾਣਦੇ ਬੰਦੇ ਤੇ ਮਗਰ ਬੰਦੇ ਕੋਲ ਲੈਣੀ ਐ ਡਬਲਮ ਬੰਦਾ ਵਿਚਾਰਾ ਫੁੱਲ ਫਾੜਨੇ ਤੇ ਵਿਚਾਰਾ ਕਿਹਨਾ ਹੋਣਾ ਆਏ ਮੈਂ ਬਚ ਗਿਆ ਮੈਂ ਉਹਨਾਂ ਨੂੰ ਦਾ ਲਾ ਆ ਰਿਹਾ ਭਾਈ ਬਾਅਦ ਚ ਕਹਿੰਦਾ ਆਏ ਮੈਂ ਆਪਣੇ ਯਾਰਾਂ ਨੂੰ ਦੱਸਾਂਗਾ ਉਹ ਅੱਗੇ ਪਿੰਡੂ ਖਲੋਤਾ ਮੈਂ ਪਿੰਡੂ ਤੇ ਕੁਲੁੰਦੀ ਬੁੜੀ ਦੇ ਕੈਂਪ ਉਹਨਾ ਕੀਤਾ ਸੀ ਮੈਂ ਕੁਲੁੰਦੀ ਨਿਕਲ ਕੇ ਤੇ ਦੂਸਰੇ ਬੁੜੀ ਜਰਾ ਨਿਕਲ ਆਇਆ ਹਾਂ 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 ਤੇ ਜਰਾ ਨਾ ਮੈਂ ਕਿ ਖਲੋਇਆ ਤੁਹਾਡੇ ਕਰ ਲੈਨੇ ਆਂ ਲਾਜ ਪਿੰਡੂ ਕੋ ਬਚ ਕੇ ਜਾਏਗਾ ਕਿਥੋਂ ਜਿੱਦਾ ਤੇਰੇ ਮਗਰ ਹੀ ਆ ਅਸੀਂ ਵੀ ਨਹੀਂ ਤੇਰੀ ਜਾਨ ਛੱਡਣੀ ਤੇ ਅਸੀਂ ਆਉਨੇ ਆ ਇੱਥੇ ਦੇ ਭਾਈ ਸਾਹਿਬ ਵੇਖੋ ਉਹ ਲੱਬੀ ਬੱਗੀ ਬੱਗੀ ਲੈ ਕੇ ਜਾ ਰਿਹਾ ਭਈਆ ਕੰਜ ਕੋਲ AWM ਰਾਕੇ ਤੇ ਤੂੰ ਫਿਰ ਪਿੰਡੂ ਕੋ ਬੱਚੇਗਾ ਅਸੀਂ ਵੇਖ ਲੋ ਤੇ ਹੁੰਦਿਆਂ ਲੱਗੇ ਆ ਗਏ ਚੰਗੀ ਦੀ ਫਾਂਡੇ ਕੱਢੇ ਗੱਡੀ ਦੇ ਆ ਕਿਰਾ ਸਾਡੀ ਆਪਣੀ ਪਈ ਟੁੱਟੇ ਭਜੇ ਤੇ ਜਿਹੜਾ ਨਾ ਅਸੀਂ ਹੁੰਨੇ ਇੱਥੇ ਪਹਿਲਾਂ ਮੈਨੂੰ ਲੱਗਾ ਉਹ ਸਾਹਮਣੇ ਇੱਕ ਬੱਗੀ ਮੈਂ ਕਿਹਾ ਦੀ ਬੱਗੀ ਦਾ ਤੇਲ ਮੁੱਕ ਗਿਆ ਸ਼ਾਇਦ ਬੱਗੀ ਤੇ ਡੇਰਾ ਚੇਂਜ ਕਰਨ ਲੱਗਾ ਉਤਰਨੇ ਤੇ ਪਰ ਬੱਗੀ ਨਹੀਂ ਚੇਂਜ ਕਰਦਾ ਫਿਰ ਅਸੀਂ ਭਜਾਨੇ ਗੱਡੀ ਫੇਰ ਲਾਣੇ ਪੰਜਵਾਂ ਛੇਵਾਂ ਗੇਅਰ ਇਕੱਠਾ ਹੀ ਤੇ ਮੈਂ ਆਪਣੇ ਟੀਮ ਮੈਂ ਨੂੰ ਕਿਹਾ ਮੈਂ ਕਿਹਾ ਸਪਰੇਅ ਦੇ ਨਾ ਜਿੱਥੇ ਵੀ ਲੱਭਾ ਇਹਨੂੰ ਕੋ ਇਹ ਬੰਦੇ ਦੇ ਇੱਥੇ ਬੱਗੀ ਖਿਲਾੜ ਲੀ ਹੁੰਦੀ ਬੰਦੇ ਨੇ ਇੱਥੇ ਤੇ ਅਸੀਂ ਵੀ ਇੱਥੇ ਖਲੋਏ ਨਾ ਅਸੀਂ ਆਖਿਆ ਭਾਈਆ AWM ਲੈ ਕੇ ਜਾਣੀਏ ਅਜਲੀ ਤੇਰੀ ਜਾਨ ਜਾਨੀ ਮੈਂ ਕਮੈਂਟ ਕਰ ਦੱਸੋ ਕਦੇ ਐਵੇਂ ਕਿਸੇ ਨਾਲ ਹੋਇਆ ਇੱਕ ਬ੍ਰਿਜ ਤੋਂ ਨਹੀਂ ਦੂਰ ਅਸੀਂ ਸਫਰ ਕੀਤਾ ਤੇ ਵਾਸਤੇ ਤੇ ਉਹ ਪਰਲੇ ਘਾਰ ਚ ਵਰਕੇ ਬੈਠਾ ਪਹਿਲਾਂ ਸਾਨੂੰ ਐ ਹੀ ਉੱਡ ਲਿਆ ਕਿ ਉੱਡਲੇ ਜਰਾ ਘਾਰ ਚ ਨਾ ਤੇ ਪਹਿਲਾਂ ਮੈਂ ਦੌੜਨ ਜਾਣ ਲੱਗਿਆ ਨਾ ਫਿਰ ਮੈਂ ਆਖਿਆ ਦੌੜ ਤਾਂ ਗਿਆ ਤੇ ਪੰਜਰ ਮਾਰ ਕੇ ਦੋ ਹੀ ਗੋਲੀਆਂ ਤੇ ਲੱਗਣੀਆਂ ਕਿ ਮੈਨੂੰ ਪੱਕਾ ਨਹੀਂ ਸੀ ਨਾ ਪਤਾ ਉਹਦੇ ਕੋ ਬੈਰਲ ਹੈ ਮੈਂ ਕਿਹਾ ਸ਼ਾਇਦ ਉਹ ਕੋਲ ਵੀ MK12 ਹੋਵੇ ਤੇ MK12 ਦਾ ਇੱਕ ਹੀ ਫਾਇਰ ਲੱਗਣਾ ਔਰ ਨੇਟ ਵਗੈਰਾ ਟਾੜਕਾ ਚੋਕਕਤੀ ਸ਼ਾਰਟ ਗਨ ਚੋਕਕਤੀ ਐਮਕੇ 12 ਚੋਕਕ ਭਈਆ ਤੇ ਐਮਕੇ 12 ਦੁਬਾਰਾ ਚੋਕ ਲੈ ਲੈ ਥੱਲੇ ਦੇ ਪੀਸੀ ਤੇ ਮੈਨੂੰ ਇਹ ਹੁੰਦਾ ਚਾਚੇ ਬੰਦਾ ਮੈਂ ਆਪਣੇ ਟੀਮ ਮੈਂ ਨੂੰ ਕਹਿੰਨਾ ਜਲਦੀ ਆ ਜਾ ਛੱਤ 'ਤੇ ਜਾ ਮੈਂ ਕਿਹਾ ਵੀ ਮਰੇਗਾ ਤੇ ਪਿਆ ਮਰੇ ਮੈਨੂੰ ਵੀ ਖੇਲ ਲੱਭਣਗੇ ਬਹੁਤੇ ਮੈਂ ਇਹਨੂੰ ਅੱਗੇ ਘੱਲਣਾ ਮੈਂ ਨਾ ਕਿ ਜਾ ਤੇ ਜਮਾ ਵੀ ਨੇਦਰ ਮਾਰਨ ਨਿੰਦਾ ਤੇ ਉੱਤੇ ਕੋਈ ਵੀ ਬੰਦਾ ਨਹੀਂ ਹੁੰਦਾ ਤੇ ਨਾਲ ਦੇ ਫਿਰੋਸੇ ਵਾਲੇ ਬੰਦੇ ਦੇ ਪੈਰਾਂ ਦੀ ਆਵਾਜ਼ ਹੁੰਦੀ ਨਾਲ ਦੇ ਕਾਰ ਚੋਂ ਤੇ ਉਸੇ ਵਲੇ ਮੈਂ ਕਿਖ ਲਓ ਜੇ ਤੇਰੇ ਕਾਰ ਲੈ ਲੈਂਦੇ ਆ ਲਾਜ ਮੁਕਾਬਲੇ ਵੀ ਜ਼ੇਪੜ ਨਾਲ ਕੱਕਾ ਦਦ ਪੀ ਕੇ ਆ ਮੈਂ ਫਾਇਰ ਕੱਢਿਆ ਐਮਕਟ ਵਾਲਾ ਮੈਨੂੰ ਪਤਾ ਲੱਗੇ ਸਾਡੇ ਕੋਲ ਐਮਕਟ ਵਾਲੇ ਜਿਹੜਾ ਡਾਡ ਡੁਰ ਜਾ ਜਰਾ ਥਰੈਡ ਥਰੁੱਡ ਹੋ ਜੇ ਨੂੰ ਪਤਾ ਲੱਗੇ ਪਿੰਡੂ ਆ ਗਿਆ ਉਹ ਹੀ ਪਿੰਡੂ ਹੈ ਜਿਹਨੇ ਉੱਥੇ ਜਿਹੜਾ ਉੱਥੇ ਨਸ ਕੇ ਆ ਜਿਹਦੇ ਕੋਲੋਂ ਤੇ ਇੱਥੇ ਜਿਹੜਾ ਨਾ ਮੈਂ ਤੇ ਪਹਿਲਾਂ ਮੈਨੇਡ ਖਿਚਣ ਲਾ ਕੇ ਨਾ ਵਾ ਤੇ ਸਮੋਫੜਿਆ ਸੀ ਯਾਰ ਯੂਨੀਵਰਸ ਗਨੇਡ ਫੜਿਆ ਪਰ ਉਹਨੇ ਖਿਚਣ ਲਗਾ ਨੇਡ ਖਿਚਣਾ ਹੀ ਤੋ ਪਹਿਲਾਂ ਸਾਹਮਣੇ ਚਲੋਤਾ ਐ ਪਤਾ ਤਾਂ ਵੀ ਨਹੀਂ ਗਿਆ ਉਹਨੂੰ ਪਤਾ ਚੁੱਤੇ ਨੇਡ ਨਾ ਕਰਨ ਤੇ ਲੈ ਜਾ ਮੇਰੇ ਟਿਹੜ-ਛੜ ਲੱਗ ਗਿਆ ਮੁਕਾਪ ਨੇ ਉਹ ਵੀ ਜੇਪੜ ਨਾਲ ਕੱਕਾ ਦੁੱਧ ਪੀ ਕੇ ਉਹ ਨਾ ਮੈਂ ਤੇ ਜਿਹੜਾ ਨੰਬਰ 2 ਹੁੰਦਾ ਨੰਬਰ 2 ਨੂੰ ਵੇਖੋ ਨਾ ਵਾ 2 ਵੀ ਅੱਜ ਪ੍ਰੋ ਬਣ ਗਿਆ ਹੀ ਮੇਰੇ ਇੱਕ ਫਾਇਰ ਵੀ ਨਹੀਂ ਖਾਦਾ ਤੇ ਇੱਥੇ ਜਰਾ ਫੇਰ ਦੂਜੀ ਵਾਰ ਜਾਨ ਪਚਾਈ ਮੇਰੀ ਆਹੋ ਇੱਕ ਵਾਰੀ ਸਕੂਲੇ ਪਚਾਈ ਇੱਕ ਵਾਰੀ ਇੱਥੇ ਤੇ ਦੋ ਵਾਰੀ ਮੇਰੇ ਜਾਨਵਚਾਰੀ ਤੇ ਮਾਸ਼ਾਅੱਲਾ ਇਹ ਤੋਂ ਸਾਨੂੰ FW M ਲੱਭ ਗਈ ਅਸੀਂ AWM ਚੁੱਕੀ ਤੇ ਨਾਲ ਹੀ ਪਾਪੂਟਾ ਆ ਰਿਹਾ ਇੱਥੇ ਵੇਖੋ ਪਾਪੂਟਾ ਪਿੰਡ ਨੂੰ ਮਾਰਨ ਆ ਰਿਹਾ ਪਾਪੂਟਿਆ ਚੱਲ ਛੁੱਟੀ ਕਰ ਤੇ ਇੱਥੇ AWM ਚੁੱਕ ਲੈਣਾ ਮੈਂ ਟੀਮ ਮੇਟ ਇਹਦੇ ਫਿਰ ਤੜਲੇ ਪਾਣੇ ਪਿੰਨੇ ਛੋਟ ਚੜ ਜਾ ਰਹੇ ਜਿਹੜਾ AWM ਪਾਪੂਟਾ ਆਇਆ ਤੇ ਖਿੱਚ ਓੜਕਾਣ ਵਾਲਾ ਗਾ ਜੀ ਭਲੇ ਭਾਈ ਮੇਰੇ ਕੋਲ ਐਮਕਾ 12 ਕਰੰਦੀ ਨਾ ਵਾਲਾ ਚੋੜੀ ਯਾਰ ਐਡਬਲ ਉੰਨਾ ਇਨਾ ਨੂੰ ਮਜ਼ਾ ਆਇਆ ਇਨ ਫਿਰ ਸਾਰਾ ਸੀ ਨਕਸ਼ਾ ਛਾਨਮਾਨ ਨੇ ਕੋਈ ਬੰਦੇ ਨਹੀਂ ਲੱਭਦੇ ਕਿ ਇੱਥੇ ਬੰਦਿਆਂ ਨੇ ਤੇ ਉਹਨੂੰ ਵੀ ਨਾ ਬਰਟੂਮ ਮਾਰ ਛੱਡਦਾ ਯਾਰ ਆ ਯਾਰ ਇਤੇ ਇਨਾ ਤੇ ਆਵਾਜ਼ ਆ ਰਹੀ ਹੈ ਨਾ ਤੇ ਉਹਨਾਂ ਚਿਰ ਨੂੰ ਜਿਹੜਾ ਨਾ ਹੁੰਦੇ ਨੇ ਪਿੱਛੇ ਫਾਇਰ ਇੱਥੇ ਸਾਨੂੰ ਐਡਬਲ ਨੂੰ ਚਲਾਉਣ ਦਾ ਬੜਾ ਹੀ ਮਜ਼ਾ ਆਇਆ ਬੜੀ ਚਾਸਾ ਯਾ ਚੈੱਕ ਕਰਿਓ ਬੰਦਾ ਸਾਹਮਣੇ ਤੇ ਮਮਾਰਿਆ ਹੈਡ ਸ਼ਾਟ ਪਹਿਲਾਂ ਸਾਨੂੰ ਆਉਂਦਾ ਦੋ ਬੰਦੇ ਨੇ ਦੇਖੇ ਦੋ ਇਹਦੇ ਸਾਹਮਣੇ ਤੇ ਇਹਦੇ ਫੇਰ ਲੱਗਦਾ ਬੱਡ ਸ਼ਾਟ ਲੱਗਦਾ ਪਰ ਉਹ ਕਵਰ ਚ ਛੁੱਟ ਜਾਂਦਾ ਹੈ ਤੇ ਉਹਨਾਂ ਚੇਹਰ ਨੂੰ ਜਿਹੜਾ ਜਿਸੀਂ ਗੱਡੀ ਕੱਢ ਲੈਣ ਲੱਗੇ ਨੇ ਤੇ ਨਾਲ ਹੀ ਪਿੱਛੋਂ ਫਾਇਰਾਂ ਲੱਗ ਪੈਂਦੇ ਨੇ ਅੱਛਾ ਤੂੰ ਵੀ ਐਵੇਂ ਇੱਥੇ ਮੁਕਾਬਲੇ ਵਿੱਚ ਜੇ ਪੈਣ ਨਾਲ ਕੱਕਾ ਦੁੱਪੀ ਕਿਹਾ ਇਹਦੇ ਕੰਮ ਚੈੱਕ ਕਰੋ ਜਿਹੜਾ ਹੁਣ ਅਸੀਂ ਚੱਲੇ ਜੁਮਾ ਤੂੰ ਜਾਣ ਕੇ ਜਿਹੜਾ ਆਪਣੇ ਆਪ ਨੂੰ ਖਾਣ ਵਾਸਤੇ ਸ਼ਾਟ ਤਾਂ ਬੁਲਾਇਆ ਹੈ ਮਮਾਰਿਆ ਤੇ ਵੀ ਹੈਡ ਸ਼ਾਟ ਇਹਨੂੰ ਨਾਕ ਕੀਤਾ ਤੇ ਮੈਨਾਂ ਅਸੀਂ ਇੱਕ ਹੀ ਬੰਦਾ ਮੈਂ ਕਿਹਾ ਚਲੋ ਇੱਥੇ ਤੂੰ ਬੈ ਮੇਰਾ ਪੜਾ ਮੈਨੂੰ ਤੇ ਤੇਰੀ ਕਹਾਣੀ ਉੱਥੇ ਦਾ ਜਿਆ ਹੁੰਜੀ ਮਜ਼ਾਕ ਵਾਸਤੇ ਕਹਿ ਵੈਸੇ ਜਿਹੜਾ ਨਾ ਤੇਡਾ ਪ੍ਰੋ ਮੈਂ ਵੀ ਨਹੀਂ ਮੈਨੂੰ ਕਮੈਂਟ ਆਉਂਦੇ ਨੇ ਵੀ ਜੇਬ ਜਰਾ ਸਾਨਾ ਰੂਮ ਲਾ ਇਸ ਤਰ੍ਹਾਂ ਇਸ ਤਰ੍ਹਾਂ ਤੇ ਯਾਰ ਮੈਂ ਐਡਾ ਪ੍ਰੋ ਨਹੀਂ ਆ ਮੈਂ ਬਸ ਸ਼ੁਗਲ ਮੇਲੇ ਵਾਸਤੇ ਖੇਡਣਾ ਵਾਂ ਤੇ ਬਸ ਐਵੇਂ ਹੀ ਮਤਲਬ ਇਹ ਏਡਾ ਪ੍ਰੋਨੀ ਆ ਮੈਂ ਫਿਰ ਮੈਂ ਗੱਡੀ ਟਾਇਰ ਪਾਰ ਚੜਨਾ ਮੈਂ ਕਹਿੰਨਾ ਕਿ ਤੇ ਆਈ ਨਾ ਨਾ ਇਹ ਬੰਦੇ ਗੱਡੀ ਲਾ ਕੇ ਤੇ ਨਸਨ ਲਗਨ ਗੱਡੀ ਦੇ ਦੋਵੇਂ ਟਾਇਰ ਪਾਰ ਚੜਨਾ ਇੱਕ ਅਗਲਾ ਤੇ ਇੱਕ ਪਿਛਲਾ ਤੇ ਇੱਥੇ ਨਾ ਮੈਂ ਆਪਣੇ ਟੀਮ ਮੇਟ ਨੂੰ ਜਰਾ ਕਿਹਾ ਸੀ ਮੈਂ ਕਿਹਾ ਯਾਰ ਉਹਨਾਂ ਨੂੰ ਮਾਰਨਾ ਨਹੀਂ ਉਹ ਮਤਲਬ ਪੂੜਾ ਨਹੀਂ ਕਿਲ ਕਰਨਾ ਹੁੰਦਾ ਨਾ ਵਿਚਾਰਾਂ ਚਾਰੇ ਲੱਭਨ ਦੇ ਚਾਰਾਂ ਤੋਂ ਹਰ ਛੜ ਮਾਰ ਮਾਰ ਕੇ ਮੈਂ ਕਿਹਾ ਇੱਕ ਇੱਕ ਕਰਕੇ ਮਾਰਾਂਗੇ ਮਜ਼ੇ ਲਾਾਂਗੇ ਅੱਛਾ ਕਰੋ ਡਬਲਯੂਐਮ ਚਲਾ ਨਹੀਂ ਜਾ ਸਕਣੇ ਹਾਂ ਇੱਕ ਗਿਆ ਦੇ ਨਾਲ ਹੀ ਦੂਸਰੇ ਨੂੰ ਛਾਲ ਲੈ ਨਹੀਂ ਲੱਗਾ ਇਹ ਤੇ ਚਲਾਣ ਫੇਰ ਪਿੱਛੋਂ ਆਣਾ ਚਾਹੇ ਇਹਨੂੰ ਫੇਰ ਪਿੱਛੋਂ ਫਾਇਰ ਹੋਣਗੇ ਦੇਖੋ ਤੇ ਮੈਂ ਨਾਕ ਕੀਤਾ ਤੇ ਮੈਂ ਆਖਿਆ ਇਹਨਾਂ ਕੋਈ ਇਹਨਾਂ ਦੀ ਪੱਲੀ ਸਾਈਡ ਚਲੀਏ ਪੱਲੀ ਸਾਈਡ ਜਾ ਕੇ ਇਹਨੂੰ ਹੈਡ ਸ਼ਾਟ ਮਾਰਾਂਗੇ ਅੱਛਾ ਕਰੋ ਫੇਰ ਸਾਹਮਣੇ ਖਲੋ ਗਿਆ ਫੇਰ ਅਸੀਂ ਮਜ਼ੇ ਲੈ ਰਹੇ ਮੈਂ ਆਖਿਆ ਚੱਲ ਫੇਰ ਘੜੀ ਪਗੇ ਸ਼ਗੇ ਲਈਏ ਇਹ ਦੇਖੋ ਫੇਰ ਲੱਗਾ ਸ਼ਾਟ ਫੇਰ ਨਾਕ ਬੜਾ ਮਜ਼ਾ ਆਉਣ ਰਿਹਾ ਇਹਨਾਂ ਨਾਲ ਨਾਕ ਕਰਨ ਦਾ ਐਡਬਲਯੂਐਮ ਦੇ ਨਾਲ ਤੇ ਜਰਾ ਇਹ ਦੇਖਿਓ ਇਹਨਾਂ ਨੂੰ ਮਾਰ ਰਹੇ ਆ ਅਸੀਂ ਪਿੱਛੇ ਪਿੱਛੇ ਬੰਦਾ ਫੇਰ ਰਿਵਾਈਵ ਹੋ ਗਿਆ ਅੱਗੇ ਤੈਨੂੰ ਪਈ ਏ ਤੈਨੂੰ ਸਕੂਨ ਨਹੀਂ ਤੇ ਫਿਰ ਪਿੱਛੋਂ ਫਾਇਰ ਦੇਣ ਲੱਗ ਪਿਆ ਫਿਰ ਫਿਰ ਪਿੰਡ ਨੂੰ ਪੰਗੇ ਲੈਣ ਲੱਗ ਪਿਆ ਅਗਲੇ ਬੰਦੇ ਨੇ ਸ਼ਾਟ ਮਾਰਿਆ ਤੇ ਫਿਰ ਉਹਨਾਂ ਚਲੋ ਪਿੱਛੋਂ ਫਾਇਰ ਮੈਂ ਆਖਿਆ ਜਰਾ ਆਜ ਪਹਿਲਾਂ ਦਾ ਇਹਦਾ ਕਾਰੀ ਬੰਦੋਬਸਤ ਆਪਣੇ ਨਾਲ ਆਪਣੇ ਸਾਥੀ ਨੂੰ ਕਰਨਾ ਇੱਕ ਬੰਦਾ ਇਹਨਾਂ ਨੂੰ ਹੈਡ ਸ਼ਾਟ ਹੈਡ ਸ਼ਾਟ ਨਹੀਂ ਲੱਗਾ ਯਾਰ ਬੜਾ ਸ਼ਾਟ ਲੱਗਾ ਜੀ ਬਿਸਤੀ ਹੋ ਗਈ ਬੜਾ ਸ਼ਾਟ ਲੱਗਾ ਤੇ ਉਸੇ ਵੇਲੇ ਜਰਾ ਇਹਨਾਂ ਨੂੰ ਕਰ ਦਿੰਨੇ ਆ ਅਸੀਂ ਐਮਕੇ 12 ਫਾਰ ਕੇ ਰਸ਼ ਤੇ ਮੈਂ ਜਰਾ ਨੰਬਰ 2 ਆਖਿਆ ਮੈਂ ਆਖਿਆ ਅਸੀਂ ਉੱਤੇ ਨਾ ਚੜੀ ਪਹਿਲਾਂ ਹੈਡ ਨੂਡ ਕਰੀ ਅਭੀ ਕੋਈ ਨਹੀਂ ਪਤਾ ਕਿੰਨੇ ਬੰਦੇ ਨੇ ਕਿਉਂਕਿ ਰਿਵਾਈਵ ਹੋ ਜਾ ਦੁਬਾਰਾ ਦਾ ਮਤਲਬ ਹੈ ਤੋਂ ਬੰ ਤੇ ਉਹ ਤੇ ਬਸ ਦੋ ਹੀ ਬੰਦੇ ਹੁੰਦੇ ਨੇ ਪੈਰਾਂ ਦੀ ਆਵਾਜ਼ ਆਉਂਦੀ ਦੋ ਬੰਦਿਆਂ ਦੀ ਤੇ ਉਸ ਵੇਲੇ ਮੈਂ ਨੀਡ ਖੇਚਣਾ ਵਾ ਨੀਡ ਖਿੱਚ ਕੇ ਤੇ ਇੱਕ ਬੰਦਾ ਮੈਂ ਨਾਕ ਕਰ ਚਾਣਾ ਵਾ ਤੇ ਇੱਥੇ ਜਨਾ ਮੇਰੇ ਮਾਸ਼ਾਅੱਲਾ ਇਸ ਗੇਮ ਚ 17 ਕਿਲੋ ਸੀ ਤੇ ਮੇਰਾ ਟੀਮ ਮੇਟ ਕਹਿੰਦਾ ਯਾਰ ਮੈਨੂੰ ਵੀ ਕਿਲ ਕਰ ਲਾ ਲੈਨੇ ਮੇਰੇ ਕਿਲ ਥੋੜੇ ਨੇ ਤੇ ਜਰਾ ਫੇਰ ਆਸਤਰਾ ਮੈਂ ਫਿਰ ਨੀਸੀ ਬੈਰ ਕੋ ਕਿਲ ਕੀਤਾ ਮੈਂ ਆਪਣੇ ਜਰਾ ਨੰਬਰ 2 ਨੂੰ ਕਿਲ ਦੇਈ ਜਾਣਾ ਵਾ ਇੱਥੇ ਜਰਾ ਗਿਆ ਦੋਰ ਕੇ ਤੇ ਇਹ ਬੰਦਾ ਦੇਖੋ ਪਹਿਲਾ ਮੇਰੇ ਮੇਰੇ ਵਾਲੇ ਨੂੰ ਪੂੜਾ ਕਿਲ ਕਰ ਚੜਾ ਦੂਸਰੇ ਬੰਦੇ ਨੂੰ ਮਾਰੇ ਕੋਈ ਨਹੀਂ ਉਹਨੂੰ ਵੀ ਮੈਂ ਹੀ ਜਾ ਕੇ ਮਾਰ ਲਾਵਾ ਇੱਥੇ ਮੇ ਮੈਂ ਕੀ ਚਲਾਉ ਜਰਾ ਹੁਣ ਸਾਹਮਣੇ ਵਾਲ ਨੂੰ ਮਾਰ ਗਿਆ ਸੀ ਨਾਲੇ ਪਿੱਛੋਂ ਬਿਲਕੁਲ ਕਿਉਂ ਕਰ ਰਹੇ ਸਾਰੇ ਹੈਲਮਟ ਟੁੱਡੇ ਪਏ ਨੇ ਤੇ ਬਿਲਕੁਲ ਜਿਹੜਾ ਉਹਨਾਂ ਦੀ ਵੈਸਟਾਂ ਵੀ ਸਾਰੀਆਂ ਐਵੇਂ ਖਾਲੀ ਹੋਈਆਂ ਫਿਰਦੀਆਂ ਵੀ ਡੈਮੇਜ ਹੋਈਆਂ ਨੇ ਤੇ ਮਤਲਬ ਜਿਹੜਾ ਵੀ ਬੰਦਾ ਪਿੱਛੋਂ ਆਏਗਾ ਨਾ ਤੇ ਉਹਨਾਂ ਨੂੰ ਇਹਨਾਂ ਨੂੰ ਮਾਰ ਚੜਨਾ ਇੱਕ ਵਾਰ ਜੇ ਪੈਨਿਕ ਹੋ ਗਏ ਨੇ ਸਾਰੇ ਜਣੇ ਇਹ ਲਗੇ ਨੇ ਹੁੰਦਾ ਹੈ ਨਾ ਵੀ ਜਿਵੇਂ ਕੋਈ ਬਾਰ-ਬਾਰ ਸ਼ਾਟਾਂ ਪਈ ਜਾ ਰਹੀਆਂ ਨੇ ਪਈ ਜਾ ਰਹੀ ਨੇ ਡਬਲਯੂ ਐਮ ਦੀਆਂ ਮੇਰਾ ਟੀਮ ਮੇਟ ਵੀ ਡਬਲਯੂ ਐਮ ਨੂੰ ਮਾਰ ਰਿਹਾ ਮੈਂ ਵੀ ਡਬਲਯੂ ਐਮ ਨੂੰ ਮਾਰ ਰਿਹਾ ਤੇ ਮਤਲਬ ਵੀ ਭੱਗਲ ਹੋ ਗਏ ਸੀ ਉਹ ਤੇ ਫਿਰ ਮੈਂ ਆਕੇ ਤੂੰ ਪਹਿਲਾਂ ਕਿ ਪਿੱਛੋਂ ਆ ਕੇ ਉਹਨਾਂ ਨੂੰ ਮਾਰੇ ਆ ਜਾਪੀ ਚਲੀਏ ਅਸੀਂ ਜਾਣੇ ਆ ਲੈ ਕੇ ਆਪਣੀ ਗੱਡੀ ਪਜਾਰੋ ਉਹ ਵੀ 6ਵਾਂ ਗੇ ਮੈਂ ਨਹੀਂ ਮਾਰਦਾ ਤੂੰ ਕਰ ਲੈ ਕਿਲ ਬੋਤੇ ਕਹਿੰਦਾ ਭਾਈ ਜੇਪ ਜੀ ਮੇਰੇ ਕਿਲ ਥੋੜੇ ਨੇ ਤੈਨੂੰ ਕਰ ਲੈੰਦੋ ਜੇਰਾ ਮੇਰਾ ਵੀ ਪਲੱਸ ਹੋ ਜਾਏਗਾ ਬਾਬਾ ਮੈਂ ਕਿਹਾ ਠੀਕ ਹੈ ਤੇ ਜਾ ਕੇ ਦੇਖਿਓ ਤੇ ਇੱਥੇ ਆ ਕੇ ਵੀਡੀਓ ਦੇ ਐਡਬਲੇਅਰ ਦੇ ਸ਼ੌਕ ਪੂਰੇ ਜਵਾਨ ਨੇ ਇੱਥੇ ਵੀ ਐਡਬਲੇਅਰ ਨੂੰ ਮਾਰ ਕੇ ਨਾ ਕੀਤਾ ਬੰਦਾ ਵੇਖਿਆ ਸਾਹਮਣੇ ਉਹਦੇ ਬਾਅਦ ਸਾਹਮਣੇ ਬੰਦੇ ਮੈਨੂੰ ਪਹਿਲੇ ਆਵਾਜ਼ ਆਉਂਦੀ ਮੈਂ ਕਹਿੰਦਾ ਤੂੰ ਜਾਗਾ ਉਹ ਗਾਂਝੇ ਦਾ ਜਾਂਦਾ ਇਤਨਾ ਨਿਕਾ ਜਾਂ ਮਾਨੂੰ ਮਤਲਬ ਇਹ ਕਿ ਮੈਂ ਜਾ ਕੇ ਮਾਰ ਛੱਡਦਾ ਫਿਰ ਉਹ ਕਿਲ ਨਹੀਂ ਆ ਨਾ ਬਦਨੇ ਤੇ ਉਸ ਤੋਂ ਬਾਅਦ ਮੇਰਾ ਨੰਬਰ 2 ਨੂੰ ਨਾਕ ਕਰ ਛੱਡਦਾ ਬੰਦਾ ਮੁਕਾਬਲੇ ਉਹ ਵੀ ਜੇਪਰਲ ਕਕਾਦਤ ਪੀ ਕੇ ਆ ਚੈੱਕ ਕਰੋ ਇਹ ਇਹ ਬੰਦਾ ਉਹਨਾਂ ਦੇ ਨਾਲ ਦੇ ਸੀ ਤੇ ਬੰਦਾ ਵਿਚਾਰਾ ਪੈਨਿਕ ਹੋਇਆ ਫਿਰਦਾ ਸੀ ਇਹਨੂੰ ਸਮਝ ਨਹੀਂ ਹੋ ਕੁਝ ਲੱਗਣ ਨਹੀਂ ਗੰਨਾ ਛਾੜੇ ਕੋਲ ਤਾਂ ਸੀ ਇਹਨੂੰ ਮੈਂ ਕਿਲ ਕਰਨਾ ਵਾ ਤੇ ਜਿੰਨਾ ਮੇਰੇ ਟੀਮ ਮੇ ਨੂੰ ਨਾਕ ਕੀਤਾ ਉਹਨਾਂ ਕੋ ਬਦਲਾ ਲਾਂਗੇ ਐਵੇਂ ਤੇ ਨਾ ਜੜਨਾ ਫਿਰ ਉਹ ਦਾ ਟੀਮ ਮੈਂ ਨੂੰ ਨਾਕ ਕੀਤਾ ਏ ਪੰਗੇ ਲੈਂਦੇ ਹੋ ਤੁਸੀਂ ਸਾਡੇ ਨਾਲ ਇਹਨਾਂ ਦਾ ਆਪੇ ਕਰਨੇ ਆ ਇਲਾਜ ਪਹਿਲਾਂ ਰਿਵਾਈਵ ਚਰਾ ਵੀ ਕੀਤਾ ਤੇ ਜਰਾ ਅਦਰ ਉਹਨੂੰ ਜਰਾ ਸ਼ੋਸ਼ੂ ਮਾਰਨੇ ਹੁੰਨੇ ਆਖਿਰ 17 ਕਿਲ ਹੋ ਗਏ ਹਨ ਤਾਂ ਦੋ ਸਾਹਮਣੇ ਹਨ ਤੇ ਸਾਹਮਣੇ ਵਾਲਿਆਂ ਨੂੰ ਪਹਿਲਾਂ ਲੱਭਦੇ ਲੁਪਨੇ ਕੋਈ ਨਹੀਂ ਲੱਭਦਾ ਲੁਪਦਾ ਤੇ ਉਹ ਵੀ ਕਹਿ ਰਿਹਾ ਹੁੰਦਾ ਨੰਬਰ 2 ਕਹਿ ਰਿਹਾ ਹੁੰਦਾ ਦੋਵੇਂ ਮੈਨੂੰ ਮਾਰਨ ਦਿਓ ਜੇ ਭਾਈ ਜੀ ਤੁਸੀਂ ਮਾਰ ਚਲੇ ਤੇ ਤੁਹਾਡੇ ਕਿਲ ਤੇ ਅੱਗੇ 17 ਹੋ ਗਏ ਨੇ ਕਿ ਪੁੱਛੇ ਹਨ ਕਿਲ ਉਹਨੇ ਵੀ ਪੁੱਛੇ ਮੈਂ ਵੀ ਪੁੱਛੇ ਤੇ ਕਹਿੰਨੇ ਤੁਹਾਡੇ ਕਿਲ 17 ਹੋ ਗਏ ਮੇਰੇ ਨੌ ਨੇ ਚਲ ਮੇਰੇ ਵੀ 10 ਹੋ ਜਾਣਗੇ ਫਿਰ ਮੇਰੇ 10 11 ਹੋ ਜਾਣਗੇ ਮੈਂ ਕਿਹਾ ਠੀਕ ਹੈ ਜਰਾ ਤੂੰ ਮਾਰ ਲੈ ਨੇੜ ਸੁੱਟਿਆ ਫਿਲਮ ਨਾਲ ਜothe ਫਿਰ ਮੈਂ ਕਿਹਾ ਚਲ ਇੱਕ ਅੰਦਾ ਕਿਲ ਤੇ ਲਈ ਇਹਦੇ ਕੋਲ ਨੇੜ ਸੁੱਟਿਆ ਤੇ ਨੇੜ ਬਾਜ ਫੜ ਜਾਂਦਾ ਉਹਦੇ ਬਾਅਦ ਇਹਨੂੰ ਜਰਾ ਉਹ ਬਾਵਾ ਚ ਛੜੀ ਦੇਖਦੇ ਰਹਿੰਦੇ ਨੇ ਜੋਨ ਵੀ ਬਿਲਕੁਲ ਛੋਟਾ ਆ ਜਾਂਦਾ ਫਿਰ ਮੈਂ ਗੱਡੀ ਲੈ ਕੇ ਆਪੀ ਜਾਣਾ ਉਹ ਮੈਂ ਕਿਹਨਾ ਪਿੱਛੋਂ ਕਵਰ ਦਈ ਤੇ ਜਬਾਰ ਨਿਕਲਣਗੇ ਮਾਰ ਛੜੀ ਤੂੰ ਹੀ ਲੈ ਲਈ ਦੋਵੇਂ ਕਿਲ ਤੇ ਮੈਂ ਜਾਣਾ ਗੱਡੀ ਲੈ ਕੇ ਤੇ ਬੰਦਾ ਵੇਖੋ ਬੰਦਾ ਲੰਮੇ ਪਿਆ ਉੱਠ ਕੇ ਮੈਨੂੰ ਮਾਰਨ ਲੱਗੇਗਾ ਤੇ ਯਾਰ ਕੀ ਹੈਡ ਵਜੋਂ ਦਾ ਸ਼ਾਟ ਮਾਰੇ ਯਾਰ ਨੰਬਰ 2 ਨੇ ਮਜ਼ਾ ਆ ਗਿਆ ਯਾਰ ਮੈਂ ਗਿਆ ਵਾ ਜਾ ਕੇ ਇੱਕ ਬੱਗੀ ਗੱਡੀ ਚ ਉਤਰਨ ਲੱਗਾ ਮੈਨ ਏ ਡਬਲਯੂ ਐਡਬਲਯੂ ਐਮ ਦੇ ਨਾ ਐਨ ਇ ਕੇ ਮੈਂ ਮੈਂ ਕਹਿੰਦਾ ਕਿ ਮੈਂ ਬਰਾਵਾ ਡਾ ਸナイਪਰ ਆ ਜਾਂ ਮੈਨੂੰ ਬੜੀ ਜਾਚ ਇਸ ਤਰ੍ਹਾਂ ਇਸ ਤਰ੍ਹਾਂ ਬਸ ਆਵੇ ਕਿ ਏ ਡਬਲਯੂ ਐਮ ਚਲਾ ਕੇ ਨਾ ਏ ਡਬਲਯੂ ਐਮ ਦੇ ਇੱਕ ਸ਼ਾਟ ਲਾ ਕੇ ਨਾਕ ਕਰਨ ਦਾ ਜਾਂ ਇਸ ਤਰ੍ਹਾਂ ਉਹ ਮਜ਼ਾ ਹੀ ਬਰਾ ਆਉਂਦਾ ਏ ਤੇ ਐ ਇਹਨੂੰ ਮੈਂ ਨਾਕ ਇਹਨੂੰ ਪੂਰਾ ਫਿਨਿਸ਼ ਕਰ ਚਾਹਨਾ ਵਾ ਇਹਦਾ ਮਤਲਬ ਇੱਕ ਹੀ ਬੰਦਾ ਰਹਿ ਗਿਆ ਸੀ ਤੇ ਉਹ ਵੀ ਇੱਥੇ ਸੀ ਤੇ ਉਹ ਵੀ ਨਹੀਂ ਨਿਕਲਦਾ ਫਿਰ ਮੈਂ ਗੱਡੀ ਲੈ ਕੇ ਤੇ ਮੈਂ ਚਲਾਣਾ ਵਾ ਤੇ ਮੈਂ ਉਹਨੂੰ ਦੱਸਿਆ ਹੁੰਦਾ ਵੀ ਮੈਨੂੰ ਕਵਰ ਦੇ ਦੇ ਨਾ ਪੂਰਾ ਮੈਂ ਮਾਰਾਂਗਾ ਨਹੀਂ ਪਰ ਮੈਂ ਗੱਡੀ ਲੈ ਕੇ ਨਿਕਲਾਂਗਾ ਤੇ ਮਾਰੀ ਜਰੂਰ ਉਹ ਬੰਦੇ ਨੂੰ ਨੰਬਰ ਚਿਕਨ 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 ਵੀਨਰ 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 ਚਿਕਨ ਡਿਨਰ ਪਿੰਡੂ ਨੇ ਸਤਾਰਾਂ ਕਿਲ 2300 ਦਾ ਡੈਮੇਜ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਪ੍ਰੋ ਬਣਿਆ ਕਿ ਨਹੀਂ ਯਾਰ ਤਾਰੀਫ ਕਰਿਆ ਕਰੋ ਯਾਰ ਮਾਰੇ ਬੰਦੇ ਜੀ ਤੇ ਜਿਹੜਾ ਨਾ ਯਾਰਾ ਕਿ ਲੋਦੇ ਮੇਰੇ ਟੀਮ ਮੇਟ ਦੇਓਗੇ ਤੇ 17 ਕਿਲ ਮੇਰੇ ਹੋ ਗਏ ਮਾਸ਼ਾਅੱਲਾ 28 ਕਿਲ ਸਾਡੇ ਹੋ ਗਏ ਹਨ ਤੇ ਮੁਕਾਬਲੇ ਵੀ ਜੇਪਨ ਨਾਲ ਕੱਕਾ ਦਦ ਵੀ ਕਿਹਾ ਤੇ ਜਿਹੜਾ ਅਸੀਂ ਜਿੱਤ ਗਏ ਉਹਨਾਂ ਚ ਵੜ ਲੁੱਡੀਆਂ ਛੁੱਡੀਆਂ ਪਾਈਆਂ ਡਾਂ ਸ਼ਾਂਸ ਕਿਧਿਆ ਕਰ ਨੇ ਨਿੱਕਲ ਗਿਤੇ ਨੇ ਮਜ਼ੇ ਮੂਜ਼ੇ ਕੀਤੇ ਤੇ ਫਿਰ ਮੈਂ ਵੀ ਇੱਥੇ ਗਲੋਗ ਮੈਂ ਵੀ ਫਿਰ ਆਪਣੀ ਬਾੜੀ ਸ਼ਾੜੀ ਭਾਈ ਮੈਂ ਵੀ ਤਰਾ ਆ ਦੇਖਿਓ ਆ ਦੇਖਿਆ ਦੇਖਿਆ ਡੋਲੇ ਦੇਖਿਆ ਡੋਲੇ ਦੇਖਿਆ ਡੋਲੇ ਮੈਂ ਬੁੱਢੀ ਮੱਲੀ ਹਾਂ ਤੇ ਡੋਲੇ ਬੁੱਢੀ ਡੋਲੇ ਵੇਖਣ ਨੇ ਤੇ ਜੋ ਵੀ ਇਹ ਆ ਹੈ ਤੇ ਆਪਣੇ ਕਰੈਕਟਰ ਨੇ ਨਾ ਲੈਵਲ 3 ਦੇ ਹੈਲਮਟ ਪਾਏ ਹੋਏ ਨੇ ਵਾਹ ਇਹ ਤਾਂ ਚਿਕਨ ਡਿਨਰ ਕੀਤਾ ਤੇ ਉਮੀਦ ਕਰਨਾ ਵੀਡੀਓ ਤਾਂ ਚੰਗਲੇ ਗਈ ਚੰਗਲੇ ਗਈ ਤੇ ਲਾਈਕ ਕਰੇ ਸ਼ੇਅਰ ਕਰੇ ਆਪ ਦੋਸਤਾਂ ਨਾਲ ਜਿਹੜਾ ਸਾਡਾ ਰਹਿ ਪੈਣੂ ਗੇਮਿੰਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਦਗੀ thank <laughs> you